ਸਿੱਖ ਇਤਿਹਾਸ ਦੀ ਮਹਾਨ ਗਾਥਾ। ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਸਿੱਖ ਇਤਿਹਾਸ ਦੀ ਮਹਾਨ ਗਾਥਾ ਵਿੱਚ ਆਪ ਜੀ ਦਾ ਸਵਾਗਤ ਹੈ ਅਤੇ ਅੱਜ ਦੀ ਸਿੱਖ ਗਾਥਾ ਭਾਈ ਘਨੱਈਆ ਜੀ ਨਾਲ ਸੰਬੰਧਿਤ ਹੈ। ਸਿੱਖ ਧਰਮ ਦੀ ਨੀਂਹ ਸੇਵਾ ਸਿਮਰਨ ਤੇ ਕੁਰਬਾਨੀ ਉੱਪਰ ਟਿਕੀ ਹੋਈ ਹੈ। ਸਮੁੱਚੀ ਮਾਨਵਤਾ ਦੇ ਵਾਲੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭੁੱਖਿਆਂ ਨੂੰ ਭੋਜਨ ਛਕਾ ਕੇ ਸਿੱਖਾਂ ਨੂੰ ਮਾਨਵ ਸੇਵਾ ਦਾ ਸਬਕ ਪੜਾਇਆ ਸੀ, ਜਿਸ ਨੂੰ ਬਾਕੀ ਗੁਰੂ ਸਾਹਿਬਾਨ ਨੇ ਹੋਰ ਵੀ ਚੰਗੀ ਤਰ੍ਹਾਂ ਦ੍ਰਿੜ ਕਰਵਾਇਆ। ਗੁਰੂ ਅਰਜਨ ਦੇਵ ਜੀ ਵੱਲੋਂ ਤਰਨ ਤਾਰਨ ਵਿਖੇ ਬਣਾਇਆ ਗਿਆ ਕੋੜੀ ਘਰ, ਅਨੇਕਾਂ ਖੂਹ ਅਤੇ ਲਾਹੌਰ ਦੇ ਸੋਕੇ ਸਮੇਂ ਕੀਤੀ ਗਈ ਸੇਵਾ ਜ਼ਿਕਰਯੋਗ ਹਨ। ਗੁਰੂ ਹਰਿਰਾਏ ਸਾਹਿਬ ਜੀ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਦੁਆ ਦਾਰੂ ਰਾਹੀਂ ਦੁਖੀ ਮਾਨਵਤਾ ਦੀ ਜੋ ਸੇਵਾ ਕੀਤੀ, ਉਸ ਦੀ ਉਦਾਹਰਣ ਦੁਨੀਆਂ ਦੇ ਹੋਰ ਕਿਸੇ ਇਤਿਹਾਸ ਵਿੱਚੋਂ ਨਹੀਂ ਮਿਲਦੀ। ਜ਼ੁਲਮ ਨੂੰ ਖਤਮ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਕਈ ਲੜਾਈਆਂ ਲੜਨੀਆਂ ਪਈਆਂ ਸਨ ਤਾਂ ਬਾਣੀ ਦੇ ਪਾਠ ਦੀ ਚੇਤਕ ਸਦਕਾ ਸਿੱਖਾਂ ਵਿੱਚ ਨਿਰਭੈਤਾ, ਮੌਤ ਨੂੰ ਮਖੌਲਾ ਕਰਨਾ ਤੇ ਬੇਅੰਤ ਦੈਵੀ ਗੁਣ ਭਰੇ ਹੋਏ ਸਨ। ਆਮ ਸਿਪਾਹੀਆਂ ਵਾਂਗ ਲੜਨਾ ਤੇ ਕਿਸੇ ਦੀ ਜਾਨ ਲੈ ਲੈਣੀ ਜਾਂ ਕਿਸੇ 'ਤੇ ਜ਼ੁਲਮ ਕਰਨਾ ਤਾਂ ਖਾਲਸੇ ਦੇ ਸੁਭਾਅ ਵਿੱਚ ਕਦੇ ਵੀ ਨਹੀਂ ਆਇਆ ਸੀ। ਉਹ ਤਾਂ ਸਗੋਂ ਜ਼ੁਲਮ ਦਾ ਨਾਸ਼ ਕਰਨ ਅਤੇ ਬਖਸ਼ ਦੇਣ ਦੇ ਗੁਣਾਂ ਨੂੰ ਹਿਰਦੇ ਵਿੱਚ ਸਮੋਈ ਬੈਠੇ ਸਨ। ਅਨੰਦਪੁਰ ਸਾਹਿਬ ਦਾ ਕਿਲਾ ਦੁਸ਼ਮਣਾਂ ਨੇ ਘੇਰਿਆ ਹੋਇਆ ਸੀ, ਜੰਗ ਜਾਰੀ ਸੀ। ਇੱਕ ਸਿੱਖ ਇੱਧਰ ਉੱਧਰ ਫੱਟੜਾਂ ਨੂੰ ਪਾਣੀ ਪਿਲਾ ਰਿਹਾ ਸੀ। ਸਿੱਖਾਂ ਨੇ ਬੁਰਾ ਮਨਾਇਆ ਤੇ ਗੁਰੂ ਜੀ ਕੋਲ ਸ਼ਿਕਾਇਤ ਕੀਤੀ ਕਿ ਭਾਈ ਘਨੱਈਆ ਜੀ, ਦੁਸ਼ਮਣਾਂ ਨੂੰ ਵੀ ਪਾਣੀ ਪਿਆਈ ਜਾ ਰਿਹਾ ਹੈ। ਗੁਰੂ ਜੀ ਦੁਆਰਾ ਪੁੱਛ ਪੜਤਾਲ ਕਰਨ ਤੇ ਭਾਈ ਘਨੱਈਆ ਜੀ ਨੇ ਜੋਦੜੀ ਕੀਤੀ, ਹੇ ਸੱਚੇ ਪਾਤਸ਼ਾਹ, ਮੈਂ ਤਾਂ ਆਪ ਜੀ ਦੀ ਸਿੱਖਿਆ ਦਾ ਪਾਲਣ ਕਰਦਾ ਹਾਂ, ਮੈਨੂੰ ਸਭ ਵਿੱਚ ਪਰਮਾਤਮਾ ਦੀ ਜੋਤ ਦਿਸਦੀ ਹੈ। ਗੁਰੂ ਜੀ ਪ੍ਰਸੰਨ ਹੋਏ, ਉਹਨਾਂ ਭਾਈ ਘਨੱਈਆ ਜੀ ਨੂੰ ਮਹਰਮ ਦੀ ਇੱਕ ਡੱਬੀ ਦਿੱਤੀ ਤੇ ਹੁਕਮ ਕੀਤਾ ਕਿ ਜਿੱਥੇ ਤੁਸੀਂ ਫੱਟੜਾਂ ਨੂੰ ਪਾਣੀ ਪਿਲਾਉਂਦੇ ਹੋ ਉੱਥੇ ਉਹਨਾਂ ਦੀ ਮਲਮ ਪੱਟੀ ਵੀ ਕਰਿਆ ਕਰੋ। ਕਿਤਨਾ ਮਹਾਨ ਹੈ ਸਿੱਖੀ ਆਦਰਸ਼, ਜੰਗੇ ਮੈਦਾਨ ਵਿੱਚ ਵੀ ਦੁਸ਼ਮਣ ਨਾਲ ਹਮਦਰਦੀ ਤੇ ਪਿਆਰ। ਸਿੱਖਾਂ ਦੀ ਲੜਾਈ ਇਨਸਾਨਾਂ ਨਾਲ ਨਹੀਂ, ਜ਼ੁਲਮ ਨਾਲ ਹੈ। ਭਾਈ ਘਨੱਈਆ ਜੀ ਦੀ ਇਸ ਮਿਸਾਲ ਨੇ ਇੱਕ ਤਰ੍ਹਾਂ ਨਾਲ ਅੱਜ ਦੇ ਰੈੱਡ ਕ੍ਰਾਸ ਦੀ ਨੀਂਹ ਰੱਖੀ ਸੀ। ਰੈੱਡ ਕ੍ਰਾਸ ਦੇ ਅਸਲ ਮੋਢੀ ਭਾਈ ਘਨੱਈਆ ਜੀ ਹੀ ਹਨ, ਜਿਨ੍ਹਾਂ ਨੇ ਬਿਨਾਂ ਕਿਸੇ ਵਿਤਕਰੇ ਦੇ ਹਰ ਫੱਟੜ ਦੀ ਸੇਵਾ ਕੀਤੀ ਸੀ। ਅੱਜ ਸਿਰਫ ਇੰਨਾ ਹੀ। ਕੱਲ੍ਹ ਨੂੰ ਮੈਂ ਗੁਰਵੇਲ ਸਿੰਘ ਫਿਰ ਸਿੱਖ ਇਤਿਹਾਸ ਦੀ ਮਹਾਨ ਗਾਥਾ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਵਾਂਗਾ। ਵੇਖਣਾ ਨਾ ਭੁੱਲਣਾ ਚੜ੍ਹਦੀ ਕਲਾ ਟਾਈਮ TV 'ਤੇ ਠੀਕ ਇਸੇ ਵੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।